ਵਿਖੇ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਕਿਸਾਨ ਨੇ ਆਪਣੀ ਪਰਾਲੀ ਨੂੰ ਖੇਤਾਂ ਦੇ ਵਿੱਚ ਅੱਗ ਨਹੀਂ ਲਗਾਈ। ਉਸ ਦੇ ਬਾਵਜੂਦ ਵੀ ਕਿਸਾਨ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਕਹਿਣ ਤੇ ਥਾਣਾ ਖਾਲੜਾ ਪੁਲਿਸ ਨੇ ਮਾਮਲਾ ਦਰਜ ਕੀਤਾ। ਕਿਸਾਨਾਂ ਨੇ ਰੋਸ ਦੇ ਵਿੱਚ ਆ ਕੇ ਖੇਤਾਂ ਦੇ ਵਿੱਚ ਇਕੱਠੇ ਹੋ ਕੇ ਥਾਣਾ ਖਾਲੜਾ ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਗੱਲਬਾਤ ਕਰਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਰਜਿੰਦਰ ਸਿੰਘ ਨੇ ਦੱਸਿਆ, ਖੇਤੀਬਾੜੀ ਵਿਭਾਗ ਦੇ ਕੁਝ ਅਧਿਕਾਰੀ ਆਪਣੇ ਨਾਲ ਲਾਗ ਡਾਟ ਰੱਖਦੇ ਨੇ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਉਹਨਾਂ ਤੇ ਕਹਿ ਕੇ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਵਾ ਦਿੱਤਾ ਗਿਆ ਕਿ ਹਰਜਿੰਦਰ ਸਿੰਘ ਨੇ ਆਪਣੇ ਖੇਤਾਂ ਦੇ ਵਿੱਚ ਅੱਗ ਲਗਾਈ ਹੈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਇੱਕ ਵੀ ਫਸਲ ਦੀ ਰਹਿੰਦ ਖੂੰਦ ਨੂੰ ਅੱਗ ਨਹੀਂ ਲਗਾਈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਖੇਤੀਬਾੜੀ ਅਧਿਕਾਰੀਆਂ ਨੇ ਉਹਨਾਂ ਤੇ ਲਾਗ ਡਾਟ ਰੱਖਦੇ ਹੋਏ ਮਾਮਲਾ ਦਰਜ ਕੀਤਾ। ਸੋ ਕਿਸਾਨਾਂ ਨੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਹੈ, ਇਨਸਾਫ ਦੀ ਮੰਗ ਕੀਤੀ ਹੈ। ਸੋ ਉੱਥੇ ਹੀ ਦੂਸਰੇ ਪਾਸੇ ਥਾਣਾ ਖਾਲੜਾ ਦੇ SHO ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਬੋਲਣ ਤੋਂ ਸਾਫ ਹੀ ਇਨਕਾਰ ਕਰ ਦਿੱਤਾ। ਫੋਨ ਤੇ ਗੱਲਬਾਤ ਕਰਦੇ ਹੋਏ ਕਹਿ ਕਿ ਪਿੰਡ ਦੇ ਵਿੱਚੋਂ ਕਿਸੇ ਨੇ ਹਰਜਿੰਦਰ ਸਿੰਘ ਦਾ ਨਾਮ ਲਿਖਵਾ ਦਿੱਤਾ ਸੀ, ਜਿਸ ਕਰਕੇ ਹੀ ਮੁਕੱਦਮਾ ਦਰਜ ਕਰਵਾਇਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਜਿੰਦਰ ਸਿੰਘ ਕਲਸੀਆਂ, ਕੋਰ ਕਮੇਟੀ ਦਾ ਮੈਂਬਰ। ਕੀ ਮਸਲਾ ਕੀ ਹੈ ਜਿਹੜਾ? ਮਸਲਾ ਇੱਦਾਂ ਜੀ, ਮੈਂ ਇੱਕ ਜਥੇਬੰਦੀ ਦਾ ਆਗੂ ਹੋਣ ਦੇ ਨਾਤੇ ਜਿੱਥੇ ਵੀ ਕਿਤੇ ਕਿਸਾਨ ਛੋਟੇ ਮੋਟੇ ਥੋੜ੍ਹਾ ਬਹੁਤਾ ਰਹਿੰਦ ਖੂੰਹ ਸਾੜਦੇ ਆ, ਉੱਥੇ ਅਸੀਂ ਜਾਂਦੇ ਹਾਂ, ਉੱਥੇ ਅਸੀਂ ਜਾ ਕੇ ਗੱਲਬਾਤ ਕਰਦੇ ਹਾਂ। ਅਤੇ ਜਿਹੜੇ ਇਹ ਗੁਰਵਿੰਦਰ ਸਿੰਘ ਇੰਸਪੈਕਟਰ ਆ ਅਤੇ ਨਾਲ ਇੱਕ ਯੁਵਰਾਜ ਸਿੰਘ, ਇੱਕ ਇਹ ਸਾਡੇ ਨਾਲ ਅੱਗੇ ਵੀ ਇਹਨਾਂ ਦੀ ਗੱਲਬਾਤ ਹੋਈ ਸੀ, ਇਹਨਾਂ ਦੀ ਰੰਜਿਸ਼ ਸੀ ਸਾਡੇ ਨਾਲ। ਅਤੇ ਮੇਰੇ ਖੇਤ ਵਿੱਚ ਆਣ ਕੇ ਨਾ ਵੇਖਿਆ ਵੀ ਨਹੀਂ ਗਾ, ਮੇਰੀ ਕੋਈ ਪਰਾਲੀ ਨਹੀਂ ਸੜੀ, ਅਤੇ ਇਹਨਾਂ ਮੇਰੇ 'ਤੇ ਰੰਜਿਸ਼ ਨਾਲ ਪਰਚਾ ਕਰ ਦਿੱਤਾ। ਮੈਂ ਹੁਣ ਇਸੇ ਕਰਕੇ ਤੁਹਾਨੂੰ ਮੀਡੀਏ ਨੂੰ, ਹੋਰ ਵੀ ਸਾਰੀ ਜਥੇਬੰਦੀ ਇਲਾਕਾ ਨਿਵਾਸੀਆਂ ਨੂੰ ਸੱਦਿਆ। ਮੇਰੀ ਆਹ 10 ਏਕੜ ਜ਼ਮੀਨ ਆ, ਇੱਕ ਮਰਲਾ ਥਾਂ ਵੀ ਨਹੀਂ ਸੜਿਆ, ਕੁਝ ਮੇਰੀ ਬਾਹਤੀ ਖਲੋਤੀ ਆ। ਇਹਨਾਂ ਨੇ ਇੱਕ ਸਰਕਾਰ ਨੇ ਕਿਸਾਨਾਂ ਨੂੰ ਦਬਾਉਣ ਬਦਲੇ, ਜਿਹੜਾ ਵੀ ਕੋਈ ਕਿਸਾਨਾਂ ਦੀ ਅੱਜ ਕੱਲ੍ਹ ਗੱਲ ਕਰਦਾ ਹੈ, ਆਗੂ ਬਣਦਾ ਵਾ, ਚਾਹੇ ਕਿਸੇ ਦੀ ਆਵਾਜ਼ ਉਠਾਉਂਦਾ, ਉਹਨੂੰ ਆਵਾਜ਼ ਨੂੰ ਦਬਾਉਣ ਵਾਸਤੇ ਮੇਰੇ ਉੱਤੇ ਪਰਚਾ ਕੀਤਾ ਹੈ ਵੀ ਇਹਨੂੰ ਵੇਖ ਕੇ ਬਾਕੀ ਵੀ ਸਾਰੇ ਦਬਣਗੇ। ਅਤੇ ਇਸ ਕਰਕੇ ਮੈਂ ਤਾਂ ਇਹ ਤੁਹਾਡੇ ਕੋਲੋਂ ਮੰਗ ਕਰਦਾ ਵੀ ਤੁਸੀਂ ਸਾਰੇ ਕੈਮਰੇ ਨਾਲ ਚੈੱਕ ਕਰੋ, ਮੇਰਾ ਨੰਬਰ ਵੇਖੋ, ਜ਼ਮੀਨ ਦਾ ਨਾਂ ਵੇਖੋ ਵੀ ਜੇ ਮੇਰੇ ਖੇਤ 'ਚ ਅੱਗ ਲੱਗੀ ਆ ਤਾਂ ਫਿਰ ਮੇਰੇ 'ਤੇ ਕਾਰਵਾਈ ਹੋਏ। ਜੇ ਮੇਰੇ ਖੇਤ 'ਚ ਅੱਗ ਨਹੀਂ ਲੱਗੀ, ਜਿਹੜੇ ਪ੍ਰਸ਼ਾਸਨ ਨੇ ਮੇਰੇ 'ਤੇ ਕਾਰਵਾਈ ਕੀਤੀ ਆ ਉਹਨਾਂ ਉੱਤੇ ਕਾਰਵਾਈ ਬਣਦੀ ਆ, ਪਰਚਾ ਉਹਨਾਂ ਉੱਤੇ ਹੋਣਾ ਚਾਹੀਦਾ ਹੈ। ਕਿਉਂਕਿ ਜਿਹੜੇ ਗਾਈਡਡ ਅਫਸਰ ਆ ਇਹਨਾਂ ਦਾ ਫਰਜ਼ ਬਣਦਾ ਪਿੰਡੋਂ ਚੌਂਕੀਦਾਰ, ਸਰਪੰਚ, ਸਾਬਕਾ ਸਰਪੰਚ ਚਾਹੇ ਨੰਬਰਦਾਰ ਤੋਂ ਪੁੱਛਣ, ਚਾਹੇ ਖੇਤ 'ਚ ਆਉਣ ਕੇ ਦੇਖਣ ਵੀ ਠੀਕ ਹੈ ਇਹਦੇ ਖੇਤ 'ਚ ਅੱਗ ਲੱਗੀ ਆ। ਇਹ ਉੱਥੋਂ ਬੈਠੇ ਪਰਚਾ ਕਰ ਦਿੰਦੇ ਆ, ਕਰਦੇ ਤਾਹਦੇ ਆ ਵੀ ਅਸੀਂ ਜਿੱਥੇ ਕਿਤੇ ਇਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਹਾਂ, ਸਾਡਾ ਇਹਨਾਂ ਨਾਲ ਮੁੱਦਾ ਭਖਸਿਆ ਡਾਈ ਤੋਂ, ਕਿਉਂਕਿ ਡਾਈ ਨਹੀਂ ਸੀ ਮਿਲ ਰਹੀ, ਉੱਦਣ ਇਹਨਾਂ ਦੀ ਬਹਿਸ ਵਸਾਈ ਹੋਈ ਆ। ਇਹਨਾਂ ਉੱਦਣ ਆਖਿਆ ਸੀ ਵੀ ਕੋਈ ਨਹੀਂ ਤੁਹਾਨੂੰ ਮਿਲਾਂਗੇ ਕਿਦਾਂ, ਅਤੇ ਇਹਨਾਂ ਉਸ ਰੰਜਿਸ਼ ਦੇ ਕਰਕੇ ਹੀ ਮੇਰਾ ਇਹਨਾਂ ਪਰਚਾ ਕਰ ਦਿੱਤਾ ਜੀ। ਠਾਸੀ ਕਿਹੜਾ ਇੰਸਪੈਕਟਰ ਹੈ ਜਿਹਦੀ? ਇਹ ਗੁਰਵਿੰਦਰ ਸਿੰਘ ਹੈ ਜੀ। ਅਤੇ ਕਿਹੜੇ ਥਾਣੇ ਨੇ ਕੀਤਾ ਪਰਚਾ? ਮੇਰਾ ਥਾਣੇ ਖਾਲੜੇ ਨੇ ਕੀਤਾ ਜੀ। ਹੁਣ ਇਹ ਜਿਹੜੇ ਥਾਣੇ ਖਾਲੜੇ ਤੁਸੀਂ ਮਿਲੇ ਸੀ ਅਫਸਰਾਂ ਨੂੰ ਕਿਸੇ? ਨਹੀਂ ਜੀ, ਅਸੀਂ ਮਿਲੇ ਨਹੀਂ, ਮੇਰੇ ਪਿੰਡ ਦੇ ਇਕਾਈ ਦੇ ਆਗੂ ਜਿਹੜੇ ਆ ਹਰਪਾਲ ਸਿੰਘ ਹੁਣੀ ਗਏ ਸੀ। ਉਹਨਾਂ ਨੂੰ ਕੀ ਆਖਿਆ? ਉਹਨਾਂ ਉਹ ਤਾਂ ਰਾਮ ਸੋਹਣੀ ਗਏ ਸੀ ਅਤੇ ਇਹਨਾਂ ਨੂੰ ਉਹਨਾਂ SHO ਨੂੰ ਮਿਲੇ ਸੀ ਅਤੇ SHO ਆਉਂਦਾ ਵੀ ਮੈਂ ਕਿਤੇ ਜਾ ਰਿਹਾ, ਮੈਨੂੰ ਜਲਦੀ ਬਹੁਤ ਆ। ਇਹਨਾਂ ਇਹਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਗਲਤ ਬੰਦੇ 'ਤੇ ਪਰਚਾ ਕਰ ਦਿੱਤਾ, ਉਹਦੇ ਤਾਂ ਖੇਤ ਦੇ ਵਿੱਚ ਨਾੜ ਬਿਲਕੁਲ ਖਲੋਤਾ, ਪਰ ਉਹਨਾਂ ਕੋਈ ਇਹਦੇ 'ਤੇ ਉਹਨਾਂ ਦਾ ਇਸ ਗੱਲ ਨੂੰ ਸੁਣਵਾਈ ਨਹੀਂ ਕੀਤੀ ਜੀ। ਹੁਣ ਅਗਲਾ ਐਕਸ਼ਨ ਕੀ ਹੈ ਤੁਹਾਡੇ ਲਈ? ਅਗਲਾ ਐਕਸ਼ਨ ਅਸੀਂ ਜੀ ਸਾਰੇ ਭਰਾ ਰਲ ਕੇ ਜਥੇਬੰਦੀ ਸਮੇਤ ਉਹਨਾਂ 'ਤੇ ਕਾਰਵਾਈ ਕਰਾਂਗੇ, ਜਿੰਨਾ ਵੀ ਹੋ ਸਕਿਆ ਅਸੀਂ ਉਹਨਾਂ ਦੇ ਉੱਤੇ ਅਸੀਂ ਵੀ ਪਰਚਾ ਕਰਾਵਾਂਗੇ। ਅਸੀਂ ਉਹਨਾਂ ਦੇ ਸਾਡੇ 'ਤੇ ਝੂਠਾ ਕੀਤਾ ਤਾਂ ਅਸੀਂ ਤਾਂ ਉਹਨਾਂ 'ਤੇ ਸੱਚਾ ਕਰਾਂਗੇ, ਮਾਣਹਾਨੀ ਦਾ ਕੇਸ ਕਰਾਂਗੇ ਵੀ ਇੱਕ ਆਗੂ ਨੂੰ ਤੰਗ ਕਰਨ, ਪਰੇਸ਼ਾਨ ਕਰਨ ਦੇ ਮਾਰਿਆਂ ਇਹਨਾਂ ਪਰਚਾ ਕੀਤਾ ਸਾਡੇ 'ਤੇ, ਵੀ ਦੂਜਿਆਂ ਦੀ ਗੱਲ ਨਾ ਉਠਾ ਸਕੇ। ਕੀ ਨਾ ਭਾਈ ਆਪਣੇ? ਦਲਬਾਗ ਸਿੰਘ ਜੀ, ਪਊਵੰਡ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਜੀ।
ਤੇ ਕੀ ਮਸਲਾ ਕੀ ਹੈ ਜਿਹੜਾ ਜ਼ਮੀਨ ਦੇ ਵਿੱਚ ਖਲੋ ਕੇ ਤੁਸੀਂ ਪੈਲੀ ਦੇ ਵਿੱਚ ਨਾਅਰੇਬਾਜ਼ੀ ਕਰ ਰਹੇ? ਮਸਲਾ ਇਸ ਗੱਲ ਦਾ ਵੀ ਇੱਥੇ ਅੰਧਾ ਕਾਨੂੰਨ ਹੈ ਸਰਕਾਰ ਦਾ ਜੀ। ਅਸੀਂ ਜਿਸ ਵਾਸਤੇ ਇਕੱਠੇ ਹੋਏ ਹਾਂ, ਵੇਖੋ ਜਿਸ ਜ਼ਮੀਨ ਦੇ ਵਿੱਚ ਅਸੀਂ ਖੜ੍ਹੇ ਹਾਂ, ਇੱਥੇ ਪਰਾਲੀ ਨੂੰ ਅੱਗ ਲਾਈ ਨਹੀਂ ਗਈ। ਜਦ ਅੱਗ ਨਹੀਂ ਲੱਗੀ ਤਾਂ ਆਹ ਸਾਨੂੰ ਐੱਫ ਆਰ ਆਈ ਕੱਟ ਕੇ ਦਿੱਤੀ ਗਈ ਆ ਵੀ ਤੁਹਾਡੇ ਪਰਾਲੀ ਨੂੰ ਅੱਗ ਲਾਈ ਆ, ਅਤੇ ਐੱਫ ਆਰ ਆਈ ਕੱਟ ਕੇ ਸਰਦਾਰ ਰਜਿੰਦਰ ਸਿੰਘ ਅਤੇ ਕਲਸੀਆਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ, ਜਦਕਿ ਇੱਥੇ ਅੱਗ ਹੀ ਨਹੀਂ ਲੱਗੀ। ਇਹ ਅੰਧਾ ਕਾਨੂੰਨ ਆ, ਇਹ ਸਰਕਾਰ ਕੀ ਸੋਚ ਕੇ ਸਾਡੇ ਜ਼ਿਮੀਂਦਾਰਾਂ ਦੇ ਪਰਚੇ ਕਰ ਰਹੀ ਆ? ਜਦ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਹੈ ਤਾਂ ਸਰਕਾਰ ਕਹਿੰਦੀ ਇਹ ਪ੍ਰਦੂਸ਼ਣ ਆ, ਜਦਕਿ ਪਰਾਲੀ ਫੈਕਟਰੀਆਂ ਵਿੱਚ ਜਾ ਕੇ ਬਲਦੀ ਆ, ਉੱਥੇ ਕੀ ਪ੍ਰਦੂਸ਼ਣ ਨਹੀਂ ਹੁੰਦਾ? ਉੱਥੇ ਵੀ ਤਾਂ ਪਰਾਲੀ ਬਲਦੀ ਆ, ਉੱਥੇ ਪ੍ਰਦੂਸ਼ਣ ਕਿਉਂ ਨਹੀਂ ਹੁੰਦਾ? ਉੱਥੇ ਪ੍ਰਦੂਸ਼ਣ ਹੁੰਦਾ ਵਾ, ਉੱਧਰੋਂ ਇਹਨਾਂ ਨੂੰ ਰਕਮਾਂ ਚੜ੍ਹਦੀਆਂ ਨੇ, ਵੱਡੇ ਵੱਡੇ ਗੱਫੇ ਮਿਲਦੇ ਆ, ਉਹਨਾਂ ਦੇ ਪਰਚੇ ਦਰਜ ਨਹੀਂ ਹੁੰਦੇ? ਇੱਕ ਕਿਸਾਨ, ਆਮ ਕਿਸਾਨ ਦੇ ਉੱਤੇ ਪਰਚੇ ਜਿਹੜੇ ਦਰਜ ਕੀਤੇ ਜਾ ਰਹੇ ਆ, ਅਸੀਂ ਕੁਛ ਨਹੀਂ ਹੋਣ ਦਿਆਂਗੇ ਜੇ ਇਹਨਾਂ ਸਰਕਾਰ ਨੇ ਇਸ ਤਰ੍ਹਾਂ ਧੱਕੇ ਕੀਤੇ। ਕਾਰਨ ਕੀ ਹੈ ਜੀ, ਕਾਹ ਤੋਂ ਪਰਚਾ ਦਰਜ, ਕਾਹ ਤੋਂ ਕਰ ਜਿਹੜਾ ਕਰ ਦਿੱਤਾ ਪੁਲਿਸ ਨੇ? ਇਹਦਾ ਕਾਰਨ ਤਾਂ ਕੋਈ ਹੋਏਗਾ, ਅੱਗ ਖੇਤਾਂ 'ਚ ਦੇਖ ਰਿਹਾ ਕਿ ਨਹੀਂ ਲੱਗੀ, ਪਰ ਕਾਰਨ ਕੀ? ਇਹ ਆਗੂ ਨੇ, ਕੋਈ ਕਿਸਾਨ ਆਗੂ ਨੇ ਤੁਹਾਡੇ? ਇਹ ਜੀ ਸਾਡਾ ਕਿਸਾਨ ਆਗੂ ਹੈ, ਸਰਦਾਰ ਰਜਿੰਦਰ ਸਿੰਘ ਜੀ ਕਲਸੀਆਂ ਤੋਂ, ਸਾਡੇ ਕੋਰ ਕਮੇਟੀ ਦੇ ਮੈਂਬਰ ਵੀ ਆ, ਕਿਸਾਨ ਆਗੂ ਨੇ, ਇੱਥੋਂ ਦੇ ਪ੍ਰਧਾਨ ਨੇ ਇਕਾਈ ਦੇ, ਇਸੇ ਲਾਗਡਾਟ 'ਚ, ਇਸ ਲਾਗਡਾਟ ਦੇ ਵੋਹ ਦੇ ਵਿੱਚ ਇਹ ਕਿਸਾਨ ਦੇ ਉੱਤੇ ਪਰਚਾ ਦਰਜ ਕੀਤਾ ਗਿਆ, ਪਰ ਇਹੋ ਜਿਹੇ ਪਰਚੇ ਅਸੀਂ ਦਰਜ ਨਹੀਂ ਹੋਣ ਦਿਆਂਗੇ। ਅਤੇ ਹੁਣ ਅਗਲਾ ਐਕਸ਼ਨ ਕੀ ਹੈ ਤੁਹਾਡਾ ਜੀ? ਅਗਲਾ ਐਕਸ਼ਨ ਅਸੀਂ ਐਸ ਐਸ ਸਾਹਿਬ ਨੂੰ ਜਾ ਕੇ ਮਿਲਾਂਗੇ, ਇਹਦੇ ਬਾਰੇ ਸਾਨੂੰ ਕੀ ਕਹਿੰਦਾ ਵੀ ਜਿਹੜੇ ਨੇ ਕਿਸਾਨ ਨੇ ਅੱਗ ਹੀ ਨਹੀਂ ਲਾਈ ਤਾਂ ਤੂੰ ਪਰਚਾ ਦਰਜ ਕਿਉਂ ਕੀਤਾ ਹੈ, ਔਰ ਖੇਤੀਬਾੜੀ ਮਹਿਕਮੇ ਨੂੰ ਵੀ ਮਿਲਾਂਗੇ ਵੀ ਜਿੱਥੇ ਉੱਥੇ ਅੱਗ ਹੀ ਨਹੀਂ ਲੱਗੀ ਤਾਂ ਤੂੰ ਪਰਚਾ ਦਰਜ ਕੀਤਾ ਕਿਉਂ ਕੀਤਾ ਹੈ? ਇਹ ਕਿਹੜੇ ਮਹਿਕਮੇ ਦੇ ਅਧਿਕਾਰੀ ਦੇ ਕਹਿਣ 'ਤੇ ਕੀਤਾ ਜੀ? ਇਹਦੀ ਖੇਤੀਬਾੜੀ ਵਿਭਾਗ ਮਹਿਕਮੇ ਨੇ ਕੀਤਾ ਜੀ, ਗੁਰਵਿੰਦਰ ਸਿੰਘ ਉਹਨਾਂ ਦਾ ਨਾਮ ਆ ਜੀ, ਉਹਨਾਂ ਨੇ ਕੀਤਾ ਹੈ। ਇਹ ਗੁਰਵਿੰਦਰ ਸਿੰਘ ਇੱਥੇ ਮੌਕੇ 'ਤੇ ਆਇਆ? ਨਹੀਂ, ਇੱਥੇ ਮੌਕੇ 'ਤੇ ਨਹੀਂ ਆਏ, ਇਹ ਕਹਿ ਰਿਹਾ ਵੀ ਅਸੀਂ ਸਰਚ ਲਾਈਟਾਂ ਚੱਲਦੀਆਂ ਅਤੇ ਅਸੀਂ ਉਹਦੇ ਉੱਤੋਂ ਇਹ ਵੇਖ ਕੇ ਅਸੀਂ ਪਰਚੇ ਦਰਜ ਕਰਦੇ ਹਾਂ। ਜਦ ਕਿਸਾਨ ਦੀ ਅੱਗ ਸੜਦੀ ਆ ਉਦੋਂ ਸਰਚ ਲਾਈਟਾਂ ਕਿੱਧਰ ਗਈਆਂ ਹੁੰਦੀਆਂ ਹੈ? ਜੋ ਨਸ਼ੇ ਦੇ ਵਪਾਰੀ ਆ ਉਦੋਂ ਸਰਚ ਲਾਈਟਾਂ ਕਿੱਧਰ ਗਈਆਂ, ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ? ਇਹ ਸਿਰਫ ਕਿਸਾਨਾਂ ਨੂੰ ਹੀ ਤੰਗ ਕਰਨ ਡਏ। ਕਿਹੜੀ ਪੁਲਿਸ ਵੱਲੋਂ ਕੀਤਾ ਗਿਆ ਮਾਮਲਾ ਸਰ? ਇਹ ਜੀ ਖਾੜਾ ਥਾਣੇ ਵੱਲੋਂ ਕੀਤਾ ਗਿਆ ਜੀ, ਕੁਲਬੀਰ ਸਿੰਘ ASI ਜਿਹਦੇ ਵੱਲੋਂ ਪਰਚਾ ਦਰਜ ਕੀਤਾ ਗਿਆ। ਹੁਣ ਕੀ ਮੰਗ ਕੀ ਕਰਦੇ? ਮੰਗ ਅਸੀਂ ਕਰਦੇ ਵੀ ਜਦ ਅਸੀਂ ਲਾਈ ਨਹੀਂ ਇਹ ਪਰਚਾ ਰੱਦ ਕੀਤਾ ਜਾਵੇ, ਔਰ ਜਿੰਨੇ ਵੀ ਇਸ ਤਰ੍ਹਾਂ ਇਹਨਾਂ ਨਾ ਕੀਤੇ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਸੰਘਰਸ਼ ਤੇਜ਼ ਕਰਕੇ ਅਸੀਂ ਥਾਣੇ ਦਾ ਘਿਰਾਓ ਕਰਕੇ ਪਰਚੇ ਜਿਹੜੇ ਰੱਦ ਕਰਾਵਾਂਗੇ। ਮੇਰਾ ਨਾਂ ਰਣਜੀਤ ਸਿੰਘ ਚੀਮਾ, ਭਿੱਖੀਵਿੰਡ ਜ਼ੋਨ ਕੋਰ ਕਮੇਟੀ ਮੈਂਬਰ ਜੀ। ਕੀ ਮਸਲਾ ਕੀ ਹੈ ਜਿਹੜਾ ਨਾਅਰੇਬਾਜ਼ੀ ਕਰਨ ਦਾ? ਇਹ ਮਸਲਾ ਵੇਖੋ ਜੀ, ਗੱਲ ਇਹ ਉਹ ਅੰਧਾ ਕਾਨੂੰਨ ਵਾਲੀ ਗੱਲ ਆ, ਇੱਥੇ ਜਿਹੜਾ ਫੈਕਟਰੀਆਂ ਦੇ ਵਿੱਚ ਪ੍ਰਦੂਸ਼ਣ ਹੁੰਦਾ ਹੈ ਉਹਨੂੰ ਤਾਂ ਕੋਈ ਪੁੱਛਦਾ ਨਹੀਂ, 93%, ਅਤੇ ਖੇਤੀਬਾੜੀ ਨਾਲ 7-8% ਪ੍ਰਦੂਸ਼ਣ ਹੁੰਦਾ ਹੈ, ਉਹਨਾਂ ਨੂੰ ਕਿਸਾਨਾਂ ਨੂੰ ਘੇਰਦੇ ਆ। ਅਤੇ ਇੱਥੇ ਵੇਖੋ ਜੀ, ਇੱਕ ਅਣਹੋਣੀ ਹੋ ਸਕਦੀ ਹੋਈ ਆ ਵੀ ਕਿਸਾਨ ਨੇ ਖੇਤਾਂ 'ਚ ਅੱਗ ਲਾਈ ਨਹੀਂ, ਪਰਾਲੀ ਖੜ੍ਹੀ ਆ, ਕੁਝ ਉਹਦੀ ਬਾਸਮਤੀ ਖੜ੍ਹੀ ਆ। ਉਹ ਸਾਡਾ ਫਰਕ ਇਹ ਆ ਵੀ ਜਿਹੜਾ ਉਹ ਸਾਡਾ ਕੋਰ ਕਮੇਟੀ ਮੈਂਬਰ ਆ, ਲੋਕਾਂ ਦੀ ਆਵਾਜ਼ ਉਠਾਉਂਦਾ ਕਿਸਾਨਾਂ ਦੇ, ਅਤੇ ਉਹਨੂੰ ਦਬਾਉਣ ਲਈ ਜਿਹੜੇ ਆ ਬਿਨਾਂ ਪਰਾਲੀ ਸਾੜੀ ਤੋਂ ਹੀ ਉਹਦੇ ਉੱਪਰ ਪਰਜਾ ਦਰਜ ਕਰ ਦਿੱਤਾ ਗਿਆ ਜੀ। ਹੁਣ ਕੀ ਮੰਗ ਕੀ ਆ ਤੁਹਾਡੀ? ਮੰਗ ਸਾਡੀ ਇਹ ਆ ਜੀ, ਜਿਹੜਾ ਝੂਠਾ ਪਰਚਾ ਇਹ ਕੈਂਸਲ ਕੀਤਾ ਜਾਵੇ, ਅਤੇ ਜਿਹੜੇ ਅਧਿਕਾਰੀਆਂ ਨੇ ਇਹ ਨਜਾਇਜ਼ ਪਰਚਾ ਕੀਤਾ ਉਹਨਾਂ 'ਤੇ ਕਾਰਵਾਈ ਹੋਵੇ। ਜੇ ਉਹ ਕਾਰਵਾਈ ਨਹੀਂ ਕਰਦੇ ਤਾਂ ਜਥੇਬੰਦੀ ਵੱਲੋਂ ਇਹ ਥਾਣੇ ਦਾ ਵੀ ਘਿਰਾਓ ਕੀਤਾ ਜਾਊਗਾ, ਅਤੇ ਖੇਤੀਬਾੜੀ ਮਹਿਕਮੇ ਦਾ ਵੀ ਘਿਰਾਓ ਕੀਤਾ ਜਾਊਗਾ ਜੀ। ਕੀ ਨਾਮ ਬਾਈ ਤੁਹਾਡਾ? ਮੈਂ ਜੀ ਕਿਸਾਨ ਮਜ਼ਦੂਰ ਜਗਰ ਚੰਗੱਡੀ ਦਾ ਸੇਵਾਦਾਰ ਪੂਰਨ ਸਿੰਘ ਮੱਧਰ। ਕੀ ਮਸਲਾ ਕੀ ਹੈ ਜਿਹੜਾ ਅੱਜ ਖੇਤਾਂ ਵਿੱਚ? ਮਸਲਾ ਜੀ, ਅੱਜ ਸਾਡੇ ਕਲਸੀਆਂ ਦੇ ਵਿੱਚ ਕਿਸਾਨ ਆਗੂ ਆ ਹਰਜਿੰਦਰ ਸਿੰਘ ਜੀ, ਇਹ ਕੱਲ੍ਹ ਪਰਸੋਂ ਤੋਂ ਜਿਹੜੇ ਇੱਥੇ 2-2-3-3 ਜਿਹੜੇ ਆਪਾਂ ਮਿਲਾਏ ਨੇ ਮੁਲਾਜ਼ਮ ਪਿੰਡਾਂ ਦੇ ਵਿੱਚ, ਉਹਨਾਂ ਵੱਲੋਂ ਜਦਕਿ ਇਹਦੀ ਜਿੰਨੀ ਵੀ ਜ਼ਮੀਨ ਆ ਆਪਦੀ ਮਾਲਕੀ, ਉਹਦੇ ਵਿੱਚ ਇੱਕ ਵੀ ਕਿਤੇ ਬੂਟੇ ਨੂੰ ਅੱਗ ਨਹੀਂ ਲੱਗੀ, ਕਿਤੇ ਬੂਟੇ ਨੂੰ, ਉਹਦੇ ਉੱਤੇ ਕੇਸ ਕਰ ਦਿੱਤਾ ਗਿਆ, ਜਿਸ ਤਰ੍ਹਾਂ ਪਰਚਾ ਹੋ ਗਿਆ ਉੱਥੇ ਉਹਨਾਂ ਨੇ ਜਥੇਬੰਦੀ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਆਗੂਆਂ ਦੇ ਨਾਲ। ਕੀ ਪਰਚਾ ਕੀਤਾ? ਪਰਚਾ ਜੀ ਇਹੋ ਵੀ ਅੱਗ ਲਾਈ ਆ,
ਖੇਤਾਂ ਦੇ ਵਿੱਚ ਅੱਗ ਲਾਈ ਆ ਅਤੇ ਅੱਗ ਦਾ ਕਰਕੇ ਲਾਇਆ, ਜਦਕਿ ਤੁਸੀਂ ਖੁਦ ਆਪ ਤੁਸੀਂ ਵੇਖਣਾ ਵੀ ਕਿਤੇ ਵੀ ਕਿਸੇ ਬੂਟੇ ਨੂੰ ਅੱਗ ਲੱਗੀ ਹੋਵੇ ਤਾਂ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ। ਹੁਣ ਮੰਗ ਕੀ ਕਰਦੇ? ਮੰਗ ਇਹੋ ਆ ਜੀ, ਜਿਨ੍ਹਾਂ ਨੇ ਇੱਥੇ ਝੂਠਾ ਕੇਸ ਕੀਤਾ ਹੈ, ਪਰਚਾ ਕੀਤਾ ਹੈ, ਉਹ ਪਰਚੇ ਨੂੰ ਰੱਦ ਕੀਤਾ ਜਾਵੇ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਪੱਤਰਕਾਰ। ਅੱਛਾ ਸਰ, ਇੱਕ ਮਾਮਲਾ ਸੀਗਾ ਪਿੰਡ ਕਲਸੀਆਂ ਦਾ ਜਾਂ ਇੱਟ ਦੋ ਦੇ ਕਲਸੀਆਂ ਦਾ, ਜਿਹੜਾ ਕਿਸਾਨ ਹਰਜਿੰਦਰ ਸਿੰਘ ਦੇ ਪਰਾਲੀ ਦਾ 188 ਦਾ ਪਰਚਾ ਦਰਜ ਕੀਤਾ ਗਿਆ ਜੀ। ਸਰ, ਉਹਨੇ ਤਾਂ ਕਿਸਾਨ ਆਪਣੇ ਖੇਤਾਂ ਨੂੰ ਅੱਗ ਵੀ ਨਹੀਂ ਲਾਈ ਤੇ ਉਹ ਤੇ ਮੁਕਦਮਾ ਕਿਹੜਾ ਦਰਜ ਕਰਤਾ? ਅਸਲ ਵਿੱਚ ਉਹ ਜਦੋਂ ਕਿਤੇ ਗਏ ਆ ਤੇ ਕਲਸਟਰ ਵਾਲੇ ਅਫਸਰ, ਹਾਂਜੀ ਵਾਲੇ, ਉਹ ਜਿਹੜੇ ਬੰਦੇ ਨੂੰ ਕਿਤੇ ਪੁੱਛਿਆ ਉਹਨੇ ਆਪਣਾ ਨਾਂ ਦੱਸਣਾ ਵੀ ਮਿਲ ਰਹੀ ਆ, ਉਹਨਾਂ ਨੇ ਨਾਂ ਦੱਸਣਾ ਇਹਨਾਂ ਨੂੰ। ਕੋਈ ਗੱਲ ਨੀ, ਵੈਰੀਫਾਈ ਕਰ ਲਾਂਗੇ, ਨਹੀਂ ਸਾੜੀ ਹੋ ਦਿਓ। ਠੀਕ ਹੈ ਜੀ, ਆਇਆ ਸਾਰਾ ਏਰੀਆ, ਉਹਦੇ ਤਾਂ ਅੱਗ ਲੱਗੀ ਨਹੀਂ ਹੋਈ ਕਿਤੇ ਵੀ। ਸੱਜਾ ਕਿਹਨੂੰ ਸੱਦਿਆ? ਹਾਂਜੀ, ਪ੍ਰੈਸ ਨੂੰ ਸੱਦੀ ਸਾਰੀ ਉਹਨੇ। ਚਲੋ ਕੋਈ ਗੱਲ ਨੀ, ਵੈਰੀਫਾਈ ਕਰ ਲਾਂਗੇ, ਪੁੱਛ ਲਾਂਗੇ ਇੰਸਪੈਕਟਰ ਨੂੰ।